ਪੰਜਾਬ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਮਾਹੌਲ ਪਖਿਆ ਹੋਇਆ ਹੈ। ਇਸ ਵਿਚਕਾਰ ਚੋਣ ਕਮਿਸ਼ਨ ਦੇ ਵੱਲੋਂ ਜਿਮਨੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ ਚੋਣ ਕਮਿਸ਼ਨ ਨੇ ਪੰਜਾਬ ਸਣੇ 3 ਸੂਬਿਆਂ ਦੇ ਵਿੱਚ ਹੋਣ ਜਾ ਰਹੀ ਜਿਮਨੀ ਚੋਣਾਂ ਦੀ ਤਾਰੀਖ ਹੈ ਜਿਹੜੀ ਉਹ ਬਦਲ ਦਿੱਤੀ ਹੈ। ਚੋਣ ਕਮਿਸ਼ਨ ਨੇ ਵੱਖ-ਵੱਖ ਕਾਰਨਾਂ ਕਰਕੇ 13 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਦੀ ਤਾਰੀਖ ਹੁਣ 20 ਨਵੰਬਰ ਹੈ ਜਿਹੜੀ ਉਹ ਤੈਅ ਕਰ ਦਿੱਤੀ ਗਈ ਹੈ। ਜਿਨ੍ਹਾਂ ਸੂਬਿਆਂ ਦੀ ਤਾਰੀਖਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਪੰਜਾਬ, ਕੇਰਲਾ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ਨੇ ਜਿਹੜੀਆਂ ਉਹਨਾਂ ਦੇ ਤਰੀਕਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ। 13 ਨਵੰਬਰ ਨੂੰ ਜਿਮਨੀ ਚੋਣਾਂ ਨਹੀਂ ਹੋਣਗੀਆਂ, ਤਰੀਕ ਹੈ ਜਿਹੜੀ ਉਹ ਬਦਲ ਦਿੱਤੀ ਗਈ ਹੈ। ਤਾਂ ਜਿਮਨੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਮਨੀ ਚੋਣਾਂ 13 ਨਵੰਬਰ ਨੂੰ ਨਹੀਂ ਹੋਣਗੀਆਂ। ਪਹਿਲਾਂ 13 ਨਵੰਬਰ ਤਰੀਕ ਹੈ ਜਿਹੜੀ ਉਹ ਤੈਅ ਕੀਤੀ ਗਈ ਸੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ। ਹੁਣ 13 ਤਰੀਕ ਨੂੰ ਜਿਮਨੀ ਚੋਣ ਨਹੀਂ ਹੋਵੇਗੀ। ਜਿਮਨੀ ਚੋਣਾਂ ਨੂੰ ਲੈ ਕੇ ਵੱਡੀ ਤਬਦੀਲੀ ਕੀਤੀ ਗਈ ਹੈ। 13 ਨਵੰਬਰ ਦੀ ਥਾਂ ਉੱਤੇ ਹੁਣ 20 ਨਵੰਬਰ ਨੂੰ ਵੋਟਿੰਗ ਹੋਏਗੀ। ਤਾਂ 13 ਨਵੰਬਰ ਨੂੰ ਚੋਣਾਂ ਨਹੀਂ ਹੋਣਗੀਆਂ, ਤਰੀਕ ਹੈ ਜਿਹੜੀ ਉਹ ਬਦਲ ਦਿੱਤੀ ਗਈ ਹੈ। ਵੱਖ-ਵੱਖ ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੀ ਸੀ। ਕੇਰਲਾ, ਪੰਜਾਬ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ਉੱਤੇ ਚੋਣਾਂ ਦੀ ਤਰੀਕ ਦੇ ਵਿੱਚ ਬਦਲਾਅ ਜਿਹੜਾ ਉਹ ਕੀਤਾ ਗਿਆ ਹੈ। ਤਾਂ ਪੰਜਾਬ ਦੇ 4 ਹਲਕਿਆਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰਨ ਲੱਗੇ ਸੀ, ਚੋਣ ਕੰਪੇਨ ਕਰ ਰਹੇ ਸੀ, ਤਾਂ ਹੁਣ ਜਿਮਨੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 13 ਤਰੀਕ ਦੀ ਥਾਂ ਉੱਤੇ ਹੁਣ 20 ਤਰੀਕ ਨੂੰ ਵੋਟਾਂ ਪੈਣਗੀਆਂ। ਪੰਜਾਬ ਦੇ 4 ਹਲਕਿਆਂ ਦੇ ਵਿੱਚ ਜਿਮਨੀ ਚੋਣ ਹੋਣੀ ਸੀ। ਉੱਤਰ ਪ੍ਰਦੇਸ਼ ਦੇ 14 ਸੀਟਾਂ ਉੱਤੇ ਜਿਮਨੀ ਚੋਣਾਂ ਹੋਣੀਆਂ ਸੀ, ਤਾਂ ਹੁਣ ਵੱਡਾ ਬਦਲਾਅ ਕਰ ਦਿੱਤਾ ਗਿਆ ਹੈ। ਤਰੀਕ ਨੂੰ ਲੈ ਕੇ 13 ਨਵੰਬਰ ਨੂੰ ਹੁਣ ਵੋਟਿੰਗ ਨਹੀਂ ਹੋਵੇਗੀ। ਜਿਮਨੀ ਚੋਣਾਂ ਦੀ ਤਰੀਕ ਹੁਣ 20 ਨਵੰਬਰ ਨੂੰ ਕਰ ਦਿੱਤੀ ਗਈ ਹੈ। ਤਾਂ ਜਿਸ ਦਿਨ ਚੋਣਾਂ ਦੀ ਅਨਾਊਂਸਮੈਂਟ ਹੋਈ ਸੀ, ਜਦੋਂ ਇਲੈਕਸ਼ਨ ਕਮਿਸ਼ਨ ਦੀ ਪਹਿਲੀ ਕਾਨਫਰੰਸ ਹੋਈ ਸੀ ਚੋਣਾਂ ਨੂੰ ਲੈ ਕੇ, ਤਾਂ ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ, ਉਸੇ ਦਿਨ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਵੋਟਾਂ ਨੇ ਜਿਹੜੀਆਂ ਉਹ ਲੇਟ ਪੈਣੀਆਂ ਚਾਹੀਦੀਆਂ ਨੇ, ਇੰਨੀ ਛੇਤੀ ਵੋਟਿੰਗ ਨਹੀਂ ਹੋਣੀ ਚਾਹੀਦੀ, ਚੋਣਾਂ ਦੀ ਤਾਰੀਖ ਦੇ ਵਿੱਚ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ। ਤਾਂ ਤਰੀਕ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਜਾਵਾਂਗੇ, ਉਹਨਾਂ ਦੇ ਵੱਲੋਂ ਜਿਮਨੀ ਚੋਣਾਂ ਦੀ ਤਾਰੀਖ ਦੇ ਵਿੱਚ ਬਦਲਾਅ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਹੈ ਜਿਹੜਾ ਉਹ ਵੀ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਗਿਆ ਸੀ। ਤਾਂ ਜਿਮਨੀ ਚੋਣਾਂ ਦੀ ਤਾਰੀਖ ਦੇ ਵਿੱਚ ਬਦਲਾਅ ਨੂੰ ਲੈ ਕੇ ਇੱਕ ਪੱਤਰ ਵੀ ਹੈ ਜਿਹੜਾ ਉਹ ਪ੍ਰਤਾਪ ਬਾਜਵਾ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਗਿਆ ਸੀ। ਤਾਂ ਹੁਣ ਇਲੈਕਸ਼ਨ ਕਮਿਸ਼ਨ ਨੇ ਤਾਰੀਖ ਜਿਹੜੀ ਉਹ ਬਦਲ ਦਿੱਤੀ ਹੈ, ਅਤੇ 20 ਤਾਰੀਖ ਨੂੰ ਜਿਹੜੀਆਂ ਜਿਮਨੀ ਚੋਣਾਂ ਨੇ ਹੋਣਗੀਆਂ। ਤਾਂ ਦੱਸ ਦਈਏ ਕਿ ਵੱਖੋ ਵੱਖ ਸੂਬਿਆਂ ਦੇ ਵਿੱਚ ਪਟੀਸ਼ਨਾਂ ਸੀ ਜਿਹੜੀਆਂ ਉਹ ਪਾਈਆਂ ਗਈਆਂ ਸੀ ਤਾਰੀਖ ਨੂੰ ਲੈ ਕੇ। ਤਾਂ ਜੇਕਰ ਪੰਜਾਬ ਦੀ ਗੱਲ ਕਰ ਲਈਏ, ਤਾਂ ਪੰਜਾਬ ਦਾ ਜਿਹੜਾ ਝੋਨਾ ਹੈ ਉਹ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਨੇ ਜਿਹੜੇ ਉਹ ਮੰਡੀਆਂ ਦੇ ਵਿੱਚ ਰੁਲ ਰਹੇ ਨੇ। ਤਾਂ ਦੂਜੇ ਪਾਸੇ ਯੂਪੀ ਦੇ ਵਿੱਚ ਵੀ ਕਈ ਪਟੀਸ਼ਨਾਂ ਨੇ ਜਿਹੜੀਆਂ ਉਹ ਕੋਰਟ ਦੇ ਵਿੱਚ ਪਾਈਆਂ ਗਈਆਂ। ਤਾਂ 13 ਨਵੰਬਰ ਨੂੰ ਹੈ ਕਿ ਜਿਹੜੀ ਉਹ ਵੋਟਿੰਗ ਨਹੀਂ ਹੋਣੀ ਚਾਹੀਦੀ, ਤਾਰੀਖ ਹੈ ਜਿਹੜੀ ਉਹ ਅੱਗੇ ਕਰ ਦਿੱਤੀ ਜਾਵੇ। ਪਰ ਹੁਣ 20 ਨਵੰਬਰ ਤਾਰੀਖ ਹੈ ਜਿਹੜੀ ਉਹ ਤੈਅ ਕਰ ਦਿੱਤੀ ਗਈ ਹੈ। ਤਾਂ 20 ਨਵੰਬਰ ਨੂੰ ਹੁਣ ਜਿਹੜੀਆਂ ਜਿਮਨੀ ਚੋਣਾਂ ਨੇ ਉਹ ਹੋਣਗੀਆਂ। ਪੰਜਾਬ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਦੀਆਂ ਤਾਰੀਖਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਚੋਣ ਕਮਿਸ਼ਨ ਮੁਤਾਬਕ ਵੋਟਾਂ ਪੈਣਗੀਆਂ, ਜਿਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਦੱਸ ਦਈਏ ਕਿ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਉੱਤੇ ਹੋਣ ਵਾਲੀਆਂ ਜਿਮਨੀ ਚੋਣਾਂ ਦੀ ਤਾਰੀਖ ਹੈ ਜਿਹੜੀ ਉਹ ਬਦਲ ਦਿੱਤੀ ਗਈ ਹੈ। ਦੱਸ ਦਈਏ ਕਿ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਉੱਤੇ ਹੋਣ ਵਾਲੀਆਂ ਜਿਮਨੀ ਚੋਣਾਂ ਦੀ ਤਾਰੀਖ ਹੈ ਜਿਹੜੀ ਉਹ ਬਦਲ ਗਈ ਹੈ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਕੇਰਲ ਦੀਆਂ 15 ਵਿਧਾਨ ਸਭਾ ਸੀਟਾਂ ਉੱਤੇ 13 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਲਈ ਮੁੜ ਸ਼ਡਿਊਲ ਜਾਰੀ ਕੀਤਾ ਹੈ। ਹੁਣ ਵੋਟਾਂ 13 ਨਵੰਬਰ ਦੀ ਬਜਾਏ 20 ਨਵੰਬਰ ਨੂੰ ਪੈਣਗੀਆਂ। ਨਤੀਜਾ ਹੈ ਜਿਹੜਾ ਉਹ 23 ਨਵੰਬਰ ਨੂੰ ਆਵੇਗਾ। ਇਹਨਾਂ ਸੂਬਿਆਂ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀ ਮੰਗ ਉੱਤੇ ਤਰੀਕਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਇਹਨਾਂ ਪਾਰਟੀਆਂ ਵਿੱਚ ਭਾਜਪਾ, ਕਾਂਗਰਸ, RLD, ਬਸਪਾ ਸ਼ਾਮਿਲ ਹਨ। ਪਾਰਟੀਆਂ ਦਾ ਤਰਕ ਸੀ ਕਿ ਉਸ ਦਿਨ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਹੁੰਦੇ ਹਨ, ਜਿਸ ਕਾਰਨ ਚੋਣਾਂ ਕਰਵਾਉਣ ਵਿੱਚ ਦਿੱਕਤ ਆਵੇਗੀ ਅਤੇ ਇਸ ਦਾ ਅਸਰ ਵੋਟ ਪ੍ਰਤੀਸ਼ਤ ਉੱਤੇ ਪਵੇਗਾ। ਪੰਜਾਬ ਦੀਆਂ ਬਰਨਾਲਾ, ਡੇਰਾ ਬਾਬਾ ਨਾਨਕ, ਚਿੱਬੇਵਾਲ ਅਤੇ ਗਿੱਦੜਵਾਹਾ ਸੀਟਾਂ ਉੱਤੇ ਜਿਮਨੀ ਚੋਣਾਂ ਹੋ ਰਹੀਆਂ ਹਨ। ਇਹਨਾਂ ਵਿੱਚੋਂ 3 ਸੀਟਾਂ ਕਾਂਗਰਸ ਅਤੇ 1 ਸੀਟ ਇਸ ਸਾਲ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਸੀਟਾਂ ਦੇ ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸਨ। ਤਾਂ ਪੰਜਾਬ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਮਾਹੌਲ ਹੈ ਜਿਹੜਾ ਉਹ ਭਖਿਆ ਹੋਇਆ ਹੈ। ਇਸ ਵਿਚਕਾਰ ਚੋਣ ਕਮਿਸ਼ਨ ਦੇ ਵੱਲੋਂ ਜਿਮਨੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ ਚੋਣ ਕਮਿਸ਼ਨ ਨੇ ਪੰਜਾਬ ਸਣੇ 3 ਸੂਬੇ ਵਿੱਚ ਹੋਣ ਜਾ ਰਹੀਆਂ ਜਿਮਨੀ ਚੋਣਾਂ ਦੀ ਤਾਰੀਖ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ।
चोन कमिशन के मुताबिक वख-वख कारणां दे करके 13 नवंबर नूं पैण वालियां वोटां दी तारीख हुण 20 नवंबर है जिहड़ी उह तय कर दित्ती गई है। जिन्हां सूबिआं दीआं तारीखां दे विच बदलाव कीता गया है उहनां दे विच पंजाब, केरला, उत्तर प्रदेश अते 14 सीटां उत्ते चोणां दी तारीखां दे विच बदलाव है जिहड़ा उह कीता गया है। तां वड्डी खबर तुहाडे नाल सांझी कर रहे हां जिमनी चोणां नूं लै के। 13 नवंबर नूं हुण जिमनी चोणां नहीं होणगीआं, तारीख है जिहड़ा उस दे विच वड्डा बदलाव कीता गया है। पहलां 13 नवंबर नूं जिमनी चोण होणी सी, हुण जिहड़ी चोण कमिशन दे वल्लों तरीक है उह उस दे विच वड्डा बदलाव कीता गया है। दस दईए कि हुण 13 नवंबर दी थां उत्ते 20 नवंबर नूं वोटिंग होवेगी। तां वड्डी खबर जिमनी चोणां दे नाल जुड़ी हुई तुहाडे नाल सांझी कर रहे हां। 13 नवंबर नूं जिमनी चोणां नहीं होणगीआं, इह तरीक है जिहड़ी उह बदल दित्ती गई है। वख-वख सूबिआं दे विच इलैक्शन होणी सी, केरला, पंजाब, उत्तर प्रदेश दीआं 14 सीटां उत्ते चोणां दी तारीख दे विच बदलाव कीता गया है। दस दईए कि पंजाब दे 4 हलकिआं दे विच जिस हिसाब दे नाल उम्मीदवार लगातार अपना चोण प्रचार कर रहे सी, चोण कंपेन कर रहे सी, तां हुण जिमनी चोणां दे विच वड्डा बदलाव कीता गया है। 13 तारीख दी थां उत्ते 20 तरीक नूं वोटां पैणगीआं। तां जिमनी चोणां नूं लै के तुहाडे नाल वड्डी खबर सांझी कर रहे हां। 13 नवंबर नूं वोटां पैणियां सी, तां हुण वड्डा बदलाव है जिहड़ा उह तारीखां दे विच कीता गया है। हुण 13 तरीक दी थां उत्ते 20 नवंबर नूं वोटां पैणगीआं। पंजाब दे 4 हलकिआं दे विच जिमनी चोण होणी सी, उत्तर प्रदेश दे 14 सीटां उत्ते वोटिंग होणी सी, तां हुण वड्डा बदलाव कर दित्ता गया है। तरीक नूं लै के 13 तरीक नूं हुण वोटिंग है जिहड़ी उह नहीं होवेगी। जिमनी चोणां दी तारीख है जिहड़ी उह हुण 20 नवंबर तय कर दित्ती गई है। तां दस दईए कि हुण 20 नवंबर नूं जिमनी चोण होएगी। जदों चोणां दी अनाउंसमेंट होई सी, जदों इलैक्शन कमीशन दी पहली प्रेस कॉन्फ्रेंस होई सी, तां उस वेले प्रताप सिंह बाजवा जो कि विरोधी धिर दे नेता ने, उसे दिन उन्होंने वालों कहा गया सी कि जिहड़ियां वोटां ने उह लेट होणियां चाहीदियां ने, इन्नी छेती वोटिंग नहीं होनी चाहिए। तब्दीली है जिहड़ी उह तारीख दे विच जिमनी चोणां दी तारीख दे विच होनी चाहिए है। तां उन्होंने वालों कहा गया सी कि उह जिमनी चोणां दी तारीख दे विच बदलाव नूं लै के चोण कमिशन दे कोल जाणगे। तां उन्होंने वालों जिमनी चोणां दी तारीख दे विच बदलाव नूं लै के एक पत्र भी इलैक्शन कमीशन नूं लिखिया गया सी। तां हुण इलैक्शन कमीशन ने तारीख है जिहड़ी उह बदल दित्ती है जिमनी चोणां दी, तां हुण 20 तरीक नूं जिमनी चोणां होणगीआं। दस दईए कि वख-वख सूबिआं दे विच पटीशनां सी जिहड़ियां उह पाईआं गईआं सी। तारीख नूं लै के पंजाब दी गल करिए तां पंजाब दे विच झोना है जिहड़ा उह मंडियां दे विच रुल रहा है। तां दूजे पासे यूपी दे विच वी कई पटीशनां पाईआं गईआं सी कोर्ट दे विच कि 13 नवंबर नूं वोटिंग है जिहड़ी उह नहीं होणी चाहीदी, वोट जिहड़ी डेट है उह वोटां दी उह अग्गे हो कर दित्ती जाणी चाहीदी है। तां हुण 20 नवंबर है जिहड़ी उह तय कर दित्ती गई है। तारीख 20 नवंबर नूं हुण जिमनी चोणां होणगीआं। तां पंजाब विच होण वालियां जिमनी चोणां दीआं तारीखां दे विच वड्डा बदलाव कर दित्ता गया है। इस दी जानकारी भारती चोण कमिशन दे वल्लों सांझी कीती गई है। चोण कमिशन मुताबक हुण 20 नवंबर नूं वोटां पैणगीआं, जिस दे नतीजे 23 नवंबर नूं ऐलाने जाणगे। दस दईए कि पंजाब दीआं 4 विधानसभा सीटां उत्ते होण वालियां जिमनी चोणां दी तारीख है जिहड़ी उह बदल दित्ती गई है। हुण वोटां 13 नवंबर दी बजाए 20 नवंबर नूं पैणगीआं। नतीजा है जिहड़ा उह 23 नवंबर नूं ही आवेगा। नतीजा है जिहड़ा उह 23 नवंबर नूं आवेगा। इन्हां सूबिआं दीआं प्रमुख सियासी पार्टियां दी मंग उत्ते तरीकां दे विच बदलाव कीता गया है। पार्टियां दा तर्क सी कि उस दिन धार्मिक अते समाजिक प्रोग्राम हुंदे हन जिस दे कारण चोणां करवाउण दे विच दिक्कत आवेगी अते वोट इस दा असर वोट प्रतिशत उत्ते भी पवेगा। तां पंजाब दीआं बरनाला, डेरा बाबा नानक, गिदड़वाहा, चब्बेवाल सीटां उत्ते जिमनी चोणां हो रहियां हन। इन्हां विचों 3 सीटां कांग्रेस अते 1 सीट आम आदमी पार्टी कोल सी। इस साल लोक सभा चोणां दौरान इन्हां सीटां दे विधायकां दे संसद मैंबर चुने जाण तों बाद इह सीटां खाली हो गईआं सन। तां पंजाब विच जिमनी चोणां नूं लै के इस वेले सियासी माहौल है जिहड़ा उह भखिया होया है। इस विचकार चोण कमिशन दे वल्लों जिमनी चोणां नूं लै के वड्डा ऐलान कर दित्ता गया है। दरअसल चोण कमिशन ने पंजाब सने 3 सूबिआं विच होण जा रहीआं जिमनी चोणां दी तारीख दे विच बदलाव कर दित्ता है। इस तरह होर खबरां देखण दे लई जुड़े रहो दिशा अपडेट न्यूज़ दे नाल। धन्नवाद।